ਬਚਿੰਤ ਕੌਰ ਦਾ ਲੇਖ ਦਿੱਲੀ ਦਾ ਸਾਹਿਤਿਕ ਕਾਬਾ ਤੇ ਡਾਕਟਰ ਕਰਨਜੀਤ ਸਿੰਘ ਇੱਕ ਬਹੁਤ ਹੀ ਗੰਭੀਰ ਤੇ ਬੇहद ਸੌਜਿਆ ਚਿਹਰਾ ਮੁੱਖ ਤੇ ਬੀਬੀ ਜੀ ਦਾੜੀ ਅੱਖਾਂ ਚ ਗਹਿਰੀ ਛੀਲ ਦੀ ਡੂੰਗਾਈ ਕਦ ਕਾਠ ਆਕਰਸ਼ਕ ਤੇ ਰੰਗ ਗੋਰਾ ਇਹਨਾਂ ਦੀਆਂ ਦੋਸਤੀਆਂ ਦੀ ਪਾਲ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਂਦਰ ਕੁਮਾਰ ਗੁਜਰਾਲ ਤੋਂ ਲੈ ਕੇ ਸਾਡੇ ਵਰਗੇ ਆਮ ਪੱਤਰ ਦੇ ਲੋਕ ਵੀ ਹਨ ਜੀ ਹਾਂ ਇਸੇ ਸ਼ਖਸੀਅਤ ਦਾ ਨਾਂ ਹੈ ਡਾਕਟਰ ਕਰਨਜੀਤ ਸਿੰਘ ਜੋ ਪੰਜਾਬੀ ਪਵਨ ਦਿੱਲੀ ਚ ਮੁੱਢ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਹਿਤ ਸਵਾ ਦਿੱਲੀ ਦੀ ਸੇਵਾ ਅਜ ਕਾਰਜਸ਼ੀਲ ਹਨ ਪੰਜਾਬੀ ਸਾਹਿਤ ਤੋਂ ਬਿਨਾਂ ਉਰਦੂ ਹਿੰਦੀ ਤੇ ਰੂਸੀ ਸਾਹਿਤ ਨਾਲ ਇਹਨਾਂ ਦੀ ਬੇਹੱਦ ਨੇੜਤਾ ਰਹੀ ਹੈ ਇਸ ਲਈ ਰੂਸ ਦੇ ਮਹਾਨ ਸਾਹਿਤਕਾਰਾਂ ਦੀਆਂ ਵੱਡਮੁੱਲੀਆਂ ਸਾਹਿਤਕ ਕਿਰਤਾਂ ਨੂੰ ਪੰਜਾਬੀ ਚ ਅਨੁਵਾਦ ਕਰਕੇ ਇਸ ਸ਼ਖਸੀਅਤ ਨੇ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਦਿੱਤੀ ਹੈ ਲਿਓ ਟਾਲਸਟਾਈ ਗੁਰਕੀ ਤੇ ਚੈਖੋਵ ਤੋਂ ਇਲਾਵਾ ਬਹੁਤ ਸਾਰੇ ਹੋਰ ਰੂਸੀ ਸਹਿਦਕਾਰਾਂ ਦੀਆਂ ਰਚਨਾਵਾਂ ਨੂੰ ਵੀ ਇਹਨਾਂ ਨੇ ਬੜੀ ਸਰਲਤਾ ਤੇ ਸੂਝ-ਬੂਝ ਨਾਲ ਪੰਜਾਬੀ ਭਾਸ਼ਾ 'ਚ ਉਲਥਾਇਆ ਹੈ ਰੂਸੀ ਸਾਹਿਤ ਤੋਂ ਇਲਾਵਾ ਅੰਗਰੇਜ਼ੀ 'ਚੋਂ ਵੀ ਸ਼ੇਕਸਪੀਅਰ ਆਦਿ ਲੇਖਕਾਂ ਦੀਆਂ ਰਚਨਾਵਾਂ ਨੂੰ ਡਾਕਟਰ ਕਰਨਜੀਤ ਨੇ ਮਾਂਬੋਲੀ ਪੰਜਾਬੀ 'ਚ ਉਲਥਾ ਕੇ ਪੰਜਾਬੀ ਸਾਹਿਤ ਨੂੰ ਭਰਪੂਰ ਦੇਣ ਦਿੱਤੀ ਹੈ ਖਾਸ ਕਰਕੇ ਰੂਸੀ ਸਾਹਿਦਾਨਵਾਦ ਪੰਜਾਬੀ ਸਹਿਤ ਨੂੰ ਇਹਨਾਂ ਦੀ ਵਿਸ਼ੇਸ਼ ਦੇਣ ਕਹੀ ਜਾ ਸਕਦੀ ਹੈ। ਇਹਨਾਂ ਦੀ ਸਵੈ ਜੀਵਨੀ ਹਾਸ਼ੀਏ ਦੀ ਇਬਾਰਤ ਪੜਨ ਵਿੱਚੋਂ ਪਤਾ ਚੱਲਦਾ ਹੈ ਕਿ ਡਾਕਟਰ ਕਰਨਜੀਤ ਸਿੰਘ ਦੀ ਜ਼ਿੰਦਗੀ ਤੰਗੀਆਂ ਤੁਰਸ਼ੀਆਂ ਨਾਲ ਖਾਸਾ ਵਾਰ ਰੱਖਦੀ ਰਹੀ ਹੈ ਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਜ਼ਿੰਦਗੀ ਦੀ ਜਦੋ-ਜਾਇਦ ਵਿੱਚ ਐਸੀ ਗੁਰਬਤ ਬਹੁਤ ਛਿਰ ਤੱਕ ਚਲਦੀ ਰਹੀ ਹੈ। ਇਹਨਾਂ ਦੀ ਮਾਤਾ ਅਧਿਆਪਕ ਸੀ ਸ਼ਾਇਦ ਇਸੇ ਲਈ ਪੁੱਤਰ ਨੇ ਵੀ ਪਹਿਲਾਂ-ਪਹਿਲਾਂ ਇਸ ਕਿੱਤੇ ਨੂੰ ਅਪਣਾਇਆ ਮੈਨੂੰ ਸਕੂਲ ਤੇ ਸਕੂਲ ਤੋਂ ਪਿੱਛੋਂ ਕਾਲਜ ਚ ਪੜਾਉਣ ਲੱਗ ਪਈ ਪੰਜਾਬ ਦੇ ਕਈ ਕਾਲਜਾਂ ਚ ਵਿਦਿਆਰਥੀਆਂ ਨੂੰ ਪੜਾਉਣ ਤੋਂ ਪੁੱਛੋ ਜੋ ਨੌਕਰੀ ਆਪ ਜੀ ਨੂੰ ਬਹੁਤ ਰਾਸ ਆਈ ਉਹ ਸੀ ਦਿੱਲੀ ਚ 12 ਖੰਭਾ ਰੋਡ ਤੇ ਰशियन ਆਫਿਸ ਤੇ ਜਿਸ ਤੋਂ ਸਮੇਂ ਰੂਸੀ ਭਾਸ਼ਾ ਤੋਂ ਪੰਜਾਬੀ ਚ ਅਨੁਵਾਦ ਹੋ ਕੇ ਕਈ ਪਰਚੇ ਨਿਕਲਦੇ ਸੀ ਇਸੇ ਸਮੇਂ ਇਹਨਾਂ ਦੇ ਨਾਲ ਪ੍ਰੇਮ ਸਿੰਘ ਤੇ ਗੁਰਬਚਨ ਧੁੱਲਰ ਵੀ ਇੱਥੇ ਕਾਰਜਸ਼ੀਲ ਸਨ ਮੇਰਾ ਇੱਕ ਕਲਾਸ ਫੈਲੋ ਯੁਧਿਸ਼ਠਰ ਪਾਲਵੀ ਉਹਨਾਂ ਦੇ ਨਾਲ ਹਿੰਦੀ ਸੈਕਸ਼ਨ ਤੋਂ ਉੱਥੇ ਹੀ ਕੰਮ ਕਰਦਾ ਸੀ ਜੋ ਅਕਸਰ ਇਹਨਾਂ ਤਿੰਨਾਂ ਬਾਰੇ ਮੇਰੇ ਨਾਲ ਕੋਈ ਨਾ ਕੋਈ ਗੱਲ ਰੋਜ਼ ਹੀ ਸਾਂਝੀ ਕਰਦਾ। ਇਹ 1972-73 'ਚ ਮੈਂ ਉਹਦੇ ਹੱਥੀ ਬਹੁਤ ਸਾਰੀਆਂ ਦੁਰਲੱਭ ਕਿਤਾਬਾਂ ਡਾਕਟਰ ਕਰਨਜੀਤ ਕੋਲੋਂ ਉਧਾਰੀਆਂ ਮੰਗਵਾਉਂਦੀ ਰਹਿੰਦੀ ਸੀ। ਇਸ ਗੱਲ ਦਾ ਇੱਕ ਕਾਰਨ ਇਹ ਵੀ ਸੀ ਕਿ ਯੁਧਿਸ਼ਠਰ ਪਾਲ ਜਿੱਥੇ ਮੇਰਾ ਜਮਾਤੀ ਸੀ ਉੱਥੇ ਜਨਕਪੁਰੀ ਦਿੱਲੀ 'ਚ ਮੇਰਾ ਗੁਆਂਢੀ ਵੀ ਸੀ। ਇਸੇ ਸਮੇਂ ਡਾਕਟਰ ਕਰਨਜੀਤ ਬਹੁਤ ਸਾਰੇ ਸਾਹਿਤ ਸਮਾਗਮਾਂ ਵਿੱਚ ਮੁੱਢੀ ਸੇਵਾਦਾਰ ਵਾਂਗ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਦਾ ਹੀ ਮੂਰਲੀ ਕਤਾਰ 'ਚ ਦਿਖਾਈ ਦਿੰਦੇ ਸਨ 1972-73 ਤੋਂ ਲੈ ਕੇ 1980 ਤੱਕ ਡਾਕਟਰ ਕਰਨਜੀਤ ਤੋਂ ਬਿਨਾ ਸਾਰੀਆਂ ਸਾਹਿਤ ਸਭਾਵਾਂ ਫਿਕੀਆਂ ਹੁੰਦੀਆਂ ਸਨ ਉਮਰ ਦਾ ਜੋਸ਼ ਤੇ ਮੱਥੇ ਦੀ ਸੋਚ ਉਤੋਂ 12 ਖੰਬਾ ਰੋਡ ਦਾ ਰੂਸੀ ਦਫ਼ਤਰ ਜਿੱਥੇ ਪਾਪਾ ਪ੍ਰੀਤਮ ਸਿੰਘ ਦਾ ਵੀ ਹਰ ਹਫ਼ਤੇ ਕਦਗੇੜਾ ਜ਼ਰੂਰ ਲੱਗਦਾ ਸੀ ਪੰਜਾਬ ਤੇ ਮੁੰਬਈ ਆਦਿ ਥਾਵਾਂ ਤੋਂ ਆਉਣ ਵਾਲੇ ਲੇਖਕ ਤੇ ਹੋਰ ਕਲਾਕਾਰ ਅਕਸਰ ਇਸ ਦਫ਼ਤਰ ਤੱਕ ਪਹੁੰਚ ਰੱਖਦੇ ਸਨ ਐਨਾ ਹੀ ਕਿਉਂ ਲੰਡਨ ਤੋਂ ਮੈਡਮ ਕਲਾਸ਼ਪੁਰੀ ਤੇ ਗੋਪਾਲਪੁਰੀ ਕੈਨੇਡਾ ਤੋਂ ਸੁਰਿੰਦਰ ਧੰਜਲ ਰਵਿੰਦਰ ਰਵੀ ਤੇ ਹੋਰ ਬਹੁਤ ਸਾਰੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਲੇਖਕ ਇੱਥੇ ਆ ਕੇ ਡਾਕਟਰ ਕਰਨਜੀਤ ਤੇ ਸਿੰਘ ਤੇ ਗੁਰਬਚਨ ਭੁੱਲਰ ਨੂੰ ਜ਼ਰੂਰ ਮਿਲਦੇ ਸਨ ਮੇਰੀ ਜਾਣ ਪਛਾਣ ਵੀ ਡਾਕਟਰ ਕਰਨਜੀਤ ਸਿੰਘ ਨਾਲ ਕਿਸੇ ਐਸੀ ਸਾਇਦ ਸਮੇਲਨ ਚ ਹੋਈ ਸੀ ਸਾਡੀ ਜਾਣ ਪਛਾਣ ਤੋਂ ਪਿੱਛੋਂ ਪਰਿਵਾਰਕ ਸਾਂਝ ਤੇ ਸਾਂਝ ਤੋਂ ਵਿੱਚੋਂ ਕੁਝ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਤੱਕ ਵੀ ਸਾਡੇ ਪਰਿਵਾਰ ਵਿੱਚ ਚਰਦੇ ਰਹੇ ਪਿੱਛੋਂ 10-12 ਸਾਲਾਂ ਲਈ ਡਾਕਟਰ ਕਰਨਜੀਤ ਸਿੰਘ ਦਾ ਰੂਸ ਚਲੇ ਜਾਣਾ ਤੇ ਮੁੜ ਕੇ ਵਾਪਸ ਆਉਣ ਤੱਕ ਸਮੇਂ ਦੀ ਗਰਦ ਹੇਠਾਂ ਬਹੁਤ ਕੁਝ ਛੁੱਪ ਜਾਣਾ ਯਾਦਾਂ ਮੱਧਮ ਪਈ ਜਾਂਦੀਆਂ ਜ਼ਿੰਦਗੀ ਦੀ ਚਾਲ ਹਮੇਸ਼ਾ ਇੱਕਸਾਰ ਤਾਂ ਕਦੇ ਨਹੀਂ ਰਹਿੰਦੀ ਜ਼ਿੰਦਗੀ ਦੇ ਰਾਹਾਂ 'ਚ ਕੁਝ ਮੁਸਾਫਰ ਵਿਛੜਦੇ ਰਹਿੰਦੇ ਹਨ ਕੁਝ ਨਵੇਂ ਮਿਲਦੇ ਰਹਿੰਦੇ ਹਨ ਅਜਿਹਾ ਹੈ ਜੀਵਨ ਵੀ ਪਰ ਅਸੀਂ ਕਦੇ ਵਿਛੜੇ ਨਹੀਂ ਪੰਜਾਬੀ ਪਵਨਚ ਹੁੰਦੀ ਆ ਸਾਹਿਤਿਕ ਮਿਲੀਆਂ 'ਚ ਹੁਣ ਵੀ ਅਕਸਰ ਮਿਲਦੇ ਹਾਂ ਪੰਜਾਬੀ ਪਵਨਚ ਹੁੰਦੇ ਸਾਰੇ ਸਮਾਗਮ ਡਾਕਟਰ ਕਰਨਜੀਤ ਦੇ ਉਦਮ ਦੀ ਬੇਹੱਦ ਪ੍ਰਸ਼ੰਸਾਯੋਗ ਮਿਸਾਲ ਹਨ ਇਹਨਾਂ ਦੀ ਹਿੰਮਤ ਤੇ ਸਿਰੜ ਕਰਨ ਹਰ ਪਾਸ਼ਾ ਦੇ ਲੇਖਕ ਤੇ ਹੋਰ ਕਲਾਕਾਰ ਇੱਥੇ ਆ ਕੇ ਮਾਣ ਮਹਿਸੂਸ ਕਰਦੇ ਹਨ ਇੱਥੇ ਹਰ ਮਹੀਨੇ ਇੱਕ ਸਾਹਿਤਿਕ ਮਿਲਨੀ ਕੀਤੀ ਜਾਂਦੀ ਹੈ ਜਿੱਥੇ ਕਵਿਤਾ ਕਹਾਣੀਆਂ ਤੇ ਸਾਹਿਤ ਦੇ ਵੱਖ-ਵੱਖ ਰੂਪਾਂ ਉੱਤੇ ਇੱਕ ਭਰਵੀਂ ਬਹਿਸ ਹੁੰਦੀ ਹੈ ਲੇਖਕਾਂ ਨੂੰ ਵੀ ਬਹੁਤ ਉਤਸ਼ਾਹ ਮਿਲਦਾ ਹੈ ਇਹਨਾਂ ਸਾਰੀਆਂ ਸਾਹਿਤਿਕ ਮਿਲੀਆਂ ਚ ਮੁੱਖ ਜ਼ਿੰਮੇਵਾਰੀ ਡਾਕਟਰ ਕਰਨਜੀਤ ਸਿੰਘ ਹੀ ਨਿਭਾਉਂਦੇ ਹਨ ਇਸ ਜ਼ਿੰਮੇਵਾਰੀ ਤੋਂ ਬਿਨਾ ਇੱਥੋਂ ਦੀ ਲਾਇਬ੍ਰੇਰੀ ਜੋ ਪੰਜਾਬ ਦੇ ਪਿੰਡਾਂ ਤੱਕ ਕਿਤਾਬਾਂ ਪਹੁੰਚਾਉਂਦੀ ਹੈ ਇਹਦੀ ਅਗਵਾਈ ਵੀ ਡਾਕਟਰ ਕਰਨਜੀਤ ਸਿੰਘ ਹੀ ਕਰਦੇ ਹਨ ਅੱਜਕੱਲ ਤਾਂ ਸਾਹਿਤ ਅਕੈਡਮੀ ਦਿੱਲੀ ਤੇ ਪੰਜਾਬੀ ਅਕੈਡਮੀ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਵੀ ਇਹ ਨਿਭਾਉਂਦੇ ਆ ਰਹੇ ਹਨ ਇਹਨਾਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਉਹ ਖੁਦ ਵੀ ਰਚਨਾਤਮਕ ਕਾਰਜ ਵਿੱਚ ਨਿਰੰਤਰ ਰੁੱਝੇ ਰਹਿੰਦੇ ਹਨ ਨਵੀਆਂ ਰਚਨਾਵਾਂ ਦਾ ਅਧਿਐਨ ਤੇ ਉਹਨਾਂ ਬਾਰੇ ਟਿੱਪਣੀਆਂ ਲਿਖਣੀਆਂ ਇਹਨਾਂ ਦੀ ਕਲਮ ਦਾ ਨਿੱਤ ਪ੍ਰਤੀ ਦਾ ਕਾਰਜ ਹੈ ਮੁੱਖ ਤੌਰ ਤੇ ਇੱਕ ਕਵੀ ਹਨ ਪਰ ਕਵਿਤਾ ਤੋਂ ਬਿਨਾਂ ਵਾਰਤਕ ਲੇਖਕ ਤੇ ਸਮੀਖਿਆਕਾਰ ਵੀ ਹਨ ਕਲਮ ਦੀ ਆਖ ਇਹਨਾਂ ਦੀ ਬਹੁਤ ਹੀ ਪਿਆਰੀ ਰਚਨਾ ਮੰਨੀ ਗਈ ਹੈ ਇਹਨਾਂ ਦੀ ਸਵੈ ਜੀਵਨੀ ਹਾਸ਼ੀਏ ਦੀ ਭਾਰਤ ਨੂੰ ਵੀ ਪਾਠਕਾਂ ਨੇ ਬਹੁਤ ਸਲਾਹਿਆ ਸਾਹਿ ਦੇ ਹਰ ਰੂਪ ਤੇ ਇਹਨਾਂ ਦੀ ਦਿਲਚਸਪੀ ਰਹੀ ਹੈ ਜਿਸ ਕਾਰਨ ਕਈ ਸਾਹਿਤ ਅਕਾਡਮੀਆਂ ਵੱਲੋਂ ਆਪ ਨੂੰ ਸਨਮਾਨਿਤ ਕੀਤਾ ਗਿਆ ਆੜੀਆਂ ਬੇਲੀਆਂ ਨਾਲ ਬੈਠ ਕੇ ਹਾਸੇ ਠੱਠਿਆਂ ਦਾ ਮਾਹੌਲ ਬੰਨਣ ਵਿੱਚ ਵੀ ਇਹਨਾਂ ਦਾ ਕੋਈ ਸੰਨ ਨਹੀਂ ਇਹ ਭੋਲਾ ਜਿਹਾ ਚਿਹਰਾ ਜ਼ਿੰਦਗੀ ਦੀ ਹਰ ਗਹਿਰਾਈ ਤੋਂ ਵਾਕਫ ਹੈ ਹਰ ਔਕੜ ਸਮੇਂ ਤੇ ਰਚ ਰਹਿਣਾ ਇਹਨਾਂ ਦੀ ਜ਼ਿੰਦਗੀ ਦੀ ਵਿਸ਼ੇਸ਼ਤਾ ਰਹੀ ਹੈ ਉਮਰਾਂ ਦੇ ਅਣਗਿਣਤ ਲੰਗੇ ਮੌਸਮਾਂ ਦਾ ਇਹਨਾਂ ਦੇ ਚਿਹਰੇ ਉੱਤੇ ਕੋਈ ਚਿੰਨ ਨਜ਼ਰ ਨਹੀਂ ਆਉਂਦਾ ਪੰਜਾਬੀ ਸਾਹਿਦੀ ਸੇਵਾ ਚ ਨਿਰੰਤਰ ਜੁਟਿਆ ਇਹ ਗੰਭੀਰ ਵਿਅਕਤੀ ਹਰ ਇੱਕ ਦਾ ਮਨ ਮੋਹ ਲੈਣ ਦੀ ਸਮਰੱਥਾ ਰੱਖਦਾ ਹੈ ਕਰਤਾਰ ਸਿੰਘ ਦੁੱਗਲ ਡਾਕਟਰ ਸਤੰਦਰ ਸਿੰਘ ਨੂਰ ਪ੍ਰੋਫੈਸਰ ਰਣਜੀਤ ਸਿੰਘ ਪ੍ਰਿੰਸੀਪਲ ਇਕਬਾਲਦੀ ਪਿਆਰਾ ਸਿੰਘ ਐਮਏ ਇਹਨਾਂ ਦੇ ਨੇੜਲੇ ਆੜੀਆਂ ਬੇਲੀਆਂ ਚੋਂ ਹਨ ਪਰ ਪਾਪਾ Pritam Singh ਤੇ ਸਹਰਾਈ ਸਾਹਿਬ ਦੀ ਨੇੜਤਾ ਇਹਨਾਂ ਲਈ ਬਹੁਤ ਗੁੜੀ ਸੀ ਐਸਾ ਮੇਰਾ ਵਿਸ਼ਵਾਸ ਹੈ ਇੰਦਰ ਕੁਮਾਰ ਗੁਜਰਾਲ ਵੀ ਇਹਨਾਂ ਦੇ ਗੁੜੇ ਦੋਸਤ ਹਨ ਦਿੱਲੀ ਚ ਵਸਦੇ ਹਰ ਸਾਹਿਤਕਾਰ ਨੂੰ ਇਹਨਾਂ ਦੀ ਹਮੇਸ਼ਾ ਲੋੜ ਪਾਸਦੀ ਹੈ ਪੰਜਾਬੀ ਭਵਨ ਜਿੱਥੋਂ ਦੇ ਡਾਇਰੈਕਟਰ ਹਨ ਅੱਜ ਕੱਲ੍ਹ ਸਾਹਿਤਿਕ ਸਰਗਰਮੀਆਂ ਦਾ ਪੈਲਸ ਹੈ ਕਿਸੇ ਨਵੀਂ ਪੁਸਤਕ ਦੀ ਢੰਡ ਚਕਾਈ ਹੋਵੇ ਜਾਂ ਕਿਸੇ ਲੇਖਕ ਨੂੰ ਪ੍ਰਮੋਟ ਕਰਨਾ ਹੋਵੇ ਕਿਸੇ ਦੇਸ਼ ਵਿਦੇਸ਼ੋਂ ਆਏ ਲੇਖਕ ਦਾ ਮਾਨ ਸਨਮਾਨ ਕਰਨਾ ਹੋਵੇ ਤਾਂ ਸਭ ਇਸ ਪੰਜਾਬੀ ਭਵਨ ਦੇ ਸ਼ੁਕਰਗੁਜ਼ਾਰ ਹੁੰਦੇ ਹਨ ਇੰਨ ਲੱਗਦਾ ਹੈ ਪੰਜਾਬੀ ਭਵਨ ਪੰਜਾਬੀ ਸਾਹਿਤਕਾਰਾਂ ਦਾ ਕਬਾ ਹੈ ਜੀ ਨੂੰ ਬਣਾਉਣ ਸਵਾਰਨ ਚ ਪਾਪਾ ਪ੍ਰੀਤਮ ਸਿੰਘ ਗਿਆਨੀ ਕੁਲਦੀਪ ਸਿੰਘ ਗੁਲਜ਼ਾਰ ਸੰਧੂ ਡਾਕਟਰ ਹਰੀ ਸਿੰਘ ਚੰਨ ਜੀ ਹਰਪਜਨ ਸਿੰਘ ਨਿਰਦੋਸ਼ ਤੇ ਪਿਆਰਾ ਸਿੰਘ ਐਮਏ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਅਣਥੱਕ ਜਦੋਜਹਿਦ ਕੀਤੀ ਹੈ ਰੱਬ ਕਰੇ ਇਸ ਦਿੱਲੀ ਦੇ ਸਾਹਿਤਿਕ ਕਾਬੇ ਚ ਹਮੇਸ਼ਾ ਹੀ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦੀਆਂ ਮਹਿਫਲਾਂ ਹੋਂ ਹੀ ਸਜਦੀਆਂ ਰਹਿਣ ਤੇ ਪੰਜਾਬੀ ਸਾਹਿਤ ਦੇ ਖਜ਼ਾਨੇ ਚ ਭਰਪੂਰ ਵਾਧਾ ਹੁੰਦਾ ਰਹੇ ਡਾਕਟਰ ਕਰਨਜੀਤ ਸਿੰਘ ਨੂੰ ਰੱਬ ਚੰਗੀ ਸਿਹਤ ਬਖਸ਼ੀ ਰੱਖੇ ਤਾਂ ਕਿ ਪੰਜਾਬੀ ਸਾਹਿਤ ਦੇ ਸਾਹਿਤਿਕ ਪਿਆਰਿਆਂ ਦੀ ਸੇਵਾ 'ਚ ਨਿਰੰਤਰ ਜੁਟੇ ਰਹਿਣ ਆਮੀਨ